ਨਾਨਕ ਸਿੰਘ ਦੀ ਕਹਾਣੀ ਉੱਚਾ ਨੱਕ ਠਹਿਰਾਂ ਝਾਟਾ ਆਪਣਾ ਗਲਗਲ ਪਾਣੀ ਚੜਿਆ ਹੋਇਆ ਬੂਹੇ ਤੇ ਹਾਥੀ ਪੈ ਝੂਲਦੇ ਨੇ ਅਜੇ ਕਹਿੰਦੇ ਨੇ ਠਹਿਰ ਜਾ ਮੈਂ ਆਨੀ ਆ ਖੌਰੇ ਤੁਹਾਨੂੰ ਖਾਦਾ ਪੀਤਾ ਕਿੱਕਣ ਲੱਗਦਾ ਮੇਰੀ ਤੇ ਅੱਖ ਸੜ ਜਾ ਜੇ ਰਾਤੀ پلਕਾਂ ਵੀ ਜੁੜੀਆਂ ਹੋਣ ਪਰ ਭਲ ਇਹ ਲੋਕੇ ਹੁਣ ਡੁੱਬਦੇ ਨਹੀਂ ਨਾ ਮਰਨਾ ਅਜੇ ਅਗਲਾ ਪੀਠਾ ਨਹੀਂ ਛਾਣਿਆ ਗਿਆ ਵਰਾ ਨਹੀਂ ਹੋਇਆ ਵੱਡੀ ਵਿਆਹੀ ਨੂੰ ਰਾਸਪੂੰਜੀ ਸਾਰੀ ਲਾਈ ਬੈਠੀ ਆ ਕਰਜ਼ ਨਾਲ ਸਿਰ ਵੀ ਗੰਜਾ ਹੋਇਆ ਪਿਆ ਤੇ ਆ ਚਾਰ ਕੰਦਾਂ ਹੀ ਬਾਕੀ ਨੇ ਜਦੋਂ ਵੀ ਇਹ ਸੜ ਜਾਣਗੇ ਠੰਡੀ ਹੋ ਬਹਿੰਗੀ ਪਾਰਬਤੀ ਅੱਗ ਭੂਕਾ ਹੋ ਕੇ ਬੋਲੀ ਤੇ ਜੰਮ ਦੀਆਂ ਨੂੰ ਮੋਹਰ ਦੇ ਦੇਣਾ ਸੀ ਨਾ ਨਖਸਮੀਆਂ ਨੂੰ ਕਿ ਉਹ ਪਾਲ ਪਾਲ ਕੇ ਅੱਡੀਆਂ ਲੁੰਠੀਆਂ ਕੀਤੀਆਂ ਜੀ ਪੱਗ ਚੋ ਸਿਰ ਖੁਰਕਦਾ ਹੋਇਆ ਦੀਵਾਨ ਸਿੰਘ ਬੋਲੇਆ ਚੰਗਾ ਫਿਰ ਮੈਨੂੰ ਹੀ ਵੇਚ ਆ ਕਿਧਰੇ ਤੂੰ ਤੇ ਘਰ ਬੈਠੀ ਬੋਲੇ ਜੇ ਮੂੰਹ ਨਾਲ ਗੱਲਾਂ ਮਟਕਾ ਛੱਡੀ ਸਿਆਪੇ ਤੇ ਸਾਰੇ ਮੇਰੀ ਜਾਨ ਜੋਗੇ ਹੋਏ ਨਾ ਤੇ ਜੇ ਤੂੰ ਪਾਣੀ ਵੇਖ ਕੇ ਠਿੱਲਦੀ ਹਾਂ ਤਾਂ ਅੱਜ ਇਹ ਪਵਾੜੇ ਕਾ ਨੂੰ ਪੈਂਦੇ ਰੋਕਦਿਆਂ ਰੋਕਦਿਆਂ ਵੀ 3000 ਭੰਗ ਦੇ ਪਹਾੜੇ ਉਡਾਤਾ ਜੇ ਰਤਾ ਸਿਆਣਪ ਨਾਲ ਚੱਲਦੀਆਂ ਤਾਂ ਐਸੇ ਨਾਲ ਤਿੰਨ ਵਿਆਹ ਨਾ ਹੋ ਜਾਂਦੇ ਆਹੋ ਜੀ ਤਿੰਨ ਛੱਡ ਭਾਵੇਂ 20 ਹੋ ਜਾਂਦੇ ਕਿ ਤੇ ਆ ਜਿਹੜਾ ਗਿੱਟ ਸਾਰਾ ਨੱਕ ਲਾਈ ਫਿਰਦੇ ਹੋ ਇਹਨੂੰ ਕਿੱਥੇ ਲੁਕਾਉਂਦੇ ਕੁੜਮਚਾਰੀਆਂ ਰੱਖਣੀਆਂ ਕੋਈ ਮਖੌਲ ਤੇ ਨਹੀਂ ਸ਼ਰਮ ਤੇ ਨਹੀਂ ਆਉਂਦੀ ਹੁਣੀ ਗੱਲ ਕਰਦੇ ਆ ਵੱਡੇ ਕੁੜਮ ਸਿਹੇੜ ਬੈਠੀ ਐ ਤੂੰ ਅੱਡੀਆਂ ਚੁੱਕ ਕੇ ਛਤੀਰਾ ਨੂੰ ਜੱਫੀ ਪਾ ਲਈ ਪਰ ਕੁੜੀ ਦੀ ਉਮਰ ਤਾਂ ਗਲ ਗਈ ਨਾ ਡੋਲਿਓ ਨਿਕਲਦੀਆਂ ਹੀ ਵਿਚਾਰੀ ਸੋਹਰੇ ਕਰਦੀ ਗੋਲੀ ਬਣ ਗਈ ਕਹਿੰਦੀ ਹੁੰਦੀ ਸੇ ਮੇਰੀ ਧੀ ਜਾ ਕੇ ਰਾਜ ਕਰੇਗੀ ਕਰਦੀ ਪਈ ਉਹ ਰਾਜ ਹੱਥਾਂ ਦੀ ਮਹਿੰਦੀ ਅਜੇ ਲੱਥੀ ਨਹੀਂ ਤੇ ਛਾਲੇ ਅੱਗੋਂ ਹੀ ਪੈ ਗਏ ਸੂ ਹਰ ਵੇਲੇ ਨਿਮਾਣੀ ਦੇ ਮੂੰਹ ਟੁੱਕਰ ਤੇ ਸਿਰ ਛੱਤਰ ਵਾਲਾ ਹਾਲ ਪਿਆ ਹੁੰਦਾ ਚਾਰ ਵੇਰਾਂ ਦੇ ਲੀਜਾਂ ਤੇ ਸਿਰ ਰਗੜ ਆਇਆ ਟੋਰ ਦਾ ਨਾਂ ਨਹੀਂ ਲੈਂਦੇ ਸੱਸ ਨਣਾਣ ਅੱਠੇ ਪੈਰ ਭੁੱਖੇ ਕਰਦੀ ਤੇ ਕਮੀਨੇ ਘਰ ਦੀ ਆਖਾ ਖਾ ਕੇ ਗਰੀਬਣੀ ਦਾ ਕਲੇਜਾ ਲੂੰਦੀਆਂ ਰਹਿੰਦੀਆਂ ਨੇ ਦੱਸ ਸੁਣ ਉਹ ਤੇਰੀ ਜਾਨ ਨੂੰ ਰੋਵੇ ਕਿ ਮੇਰੀ ਜਾਨ ਸ਼ਰਮਿੰਦਗੀ ਭਰੇ ਹੱਥ ਨਾਲ ਪਾਰਵਤੀ ਨੇ ਗਿਆ ਇਹ ਤੇ ਸੰਜੋਗਾ ਦੀ ਗੱਲ ਹੈ ਕਿਸੇ ਦਾ ਵਸ ਥੋੜਾ ਮਾਪੇ ਧੀਆਂ ਨੂੰ ਜਨਮ ਦਿੰਦੇ ਨੇ ਕਰਮ ਨਹੀਂ ਦਿੰਦੇ ਆਪਣੇ ਵੱਲੋਂ ਮੈਂ ਕਿਹੜੀ ਗੱਲੋਂ ਫਰਕ ਕੀਤਾ ਸੀ ਉਹਦੀ ਆਪਣੀ ਪ੍ਰਾਲਬਤ ਦ ਪਾਰਵਤੀ ਦੁਪट्टे ਨਾਲ ਅੱਖਾਂ ਪੁੰਝਣ ਲੱਗ ਗਈ ਦੀਵਾਨ ਸਿੰਘ ਬੋਲਿਆ ਹੁਣ ਪ੍ਰਾਲਬਤ ਦਾ ਚੇਤਾ ਆ ਗਿਆ ਹੈ ਕਹਿੰਦਾ ਨਹੀਂ ਸੀ ਬਈ ਸਾਨੀ ਸੇਤੀ ਕੀ ਜੀਏ ਨਾਤਾ ਵੈਰ ਕੁੜੀ ਜਿਨ੍ਹਾਂ ਪਹਿਲਾਂ ਹੀ ਹਜ਼ਾਰਾਂ ਤੇ ਤੱਕ ਰੱਖ ਲਈ ਉਹਨਾਂ ਕਦੋਂ ਨੂੰ ਤੂੰ ਸੁਖੀ ਵਸਣ ਦੇਣੀ ਨਾ ਸਾਡੇ ਪਾਸੌ ਮੀਰਾਂ ਵਾਲੀ ਦਿੱਤਸਰੀ ਤੇ ਨਾ ਉਹਨਾਂ ਸਾਡੀ ਧੀ ਦਾ ਆਦਰ ਕੀਤਾ ਜਾ ਕੇ ਵੇਖੇ ਤਾਂ ਪਤਾ ਲੱਗੇ ਭਾਂਡੇ ਮਾਂਜਣ ਵਾਲੀਆਂ ਨੁਕਰਾਨੀਆਂ ਜਿੰਨੀ ਵੀ ਪੁੱਛਣੀ ਕੁੜੀ ਦੀ ਫੇਰ ਐਨੀ ਤੇਰੇ ਨਾਲ ਹੋ ਚੁੱਕੀ ਐ ਅਜੇ ਵੀ ਤੈਨੂੰ ਅਮੀਰ ਕੁੜਮਾਂ ਦੇ ਸੁਪਨੇ ਆਉਂਦੇ ਨੇ ਉਹ ਰੁੱੜ ਜਾਣੇ ਕਮਜ਼ਾਤ ਨਿਕਲੇ ਤੇ ਹੁਣ ਸਾਰੇ ਉਹੋ ਜਿਹੇ ਹੋ ਗਏ ਪੰਜੇ ਉਂਗਲਾਂ ਇੱਕੋ ਜੀਆਂ ਤੇ ਨਹੀਂ ਨਾ ਹੁੰਦੀਆਂ ਖਾਣ ਵੇਲੇ ਪੰਜੀ ਕੁ ਜੀਆਂ ਹੋ ਜਾਇਆ ਕਰਦੀਆਂ ਨੇ ਚੰਗਾ ਮੈਨੂੰ ਕੀ ਮੈਂ ਝੱਕ ਮਾਰ ਬੈਠੀ ਆ ਹੁਣ ਤੁਸੀਂ ਲੱਭ ਲਓ ਮੇਰੇ ਵੱਲੋਂ ਮਨੁੱਖ ਦੀ ਥਾਂ ਰੁੱਖ ਨਾਲ ਵਿਆਹ ਦੇ ਉਸ ਛੇਕਰਸੀ ਲਈ ਪਾਰਵਤੀ ਨੇ ਮੁੰਡਾ ਲੱਭ ਕੇ ਹੀ ਸਾ ਲਿਆ ਸ਼ਗਨ ਦਿੱਤਾ ਗਿਆ ਫਿਰ ਸ਼ੀਲਾ ਦਾ ਵਿਆਹ ਨੇੜੇ ਆ ਟੁਕਾ ਉਹਨੂੰ ਸਤਵੀਂ ਜਮਾਤ ਚੋਂ ਉਠਾ ਲਿਆ ਗਿਆ ਪਾਰਵਤੀ ਨੇ ਮੁੰਡਾ ਇੱਕ ਹੋਰ ਥਾਂਵੇਂ ਮੰਗਿਆ ਸੀ ਪਰ ਪਾਰਵਤੀ ਨੇ ਕੁੜਮਾਂ ਦੀਆਂ ਵੱਧ ਚੜ ਕੇ ਇੰਨਾ ਕਬੂਲ ਕੀਤੀਆਂ ਮੁੰਡੇ ਦੀ ਪਹਿਲੀ ਕੁੜਮਾਈ ਛੁੜਾ ਕੇ ਉਨੇ ਸ਼ੀਲਾ ਨਾਲ ਮੰਗਣੀ ਕਰਤੀ। ਉਹ ਜਦ ਭਵੇਖ ਨੂੰ ਅੱਗੇ ਲਿਆ ਕੇ ਸ਼ੀਲਾ ਨੂੰ ਅਮੀਰ ਦੀ ਬੋਟੀ ਦੇ ਰੂਪ ਚ ਕਲਪਦੀ ਤਾਂ ਖੁਸ਼ੀ ਨਾਲ ਉਹਦਾ ਪੈਰ ਭਉਂਦੇ ਨਹੀਂ ਸੀ ਲੱਗਦਾ। ਇਹੋ ਜੈ ਸੁਖੀ ਲੱਦੇ ਜੁਆਈ ਨੂੰ ਕਿਸੇ ਮੁੱਲ ਵੀ ਛੱਡਣ ਨੂੰ ਤਿਆਰ ਨਹੀਂ ਸੀ। ਤੇ ਦਿਵਾਨ ਸਿੰਘ ਪਿਛਲੇ ਤਜਰਬੇ ਨੂੰ ਦौराਉਂਦਾ ਹੋਇਆ ਬਥੇਰਾ ਖਪਿਆ ਖਿਜਿਆ ਪਰ পার্বਤੀ ਦੀ ਇੱਕੋ ਗੱਲ ਉਹਦੀਆਂ ਸਾਰੀਆਂ ਦਲੀਲਾਂ ਨੂੰ ਕੱਟ ਜਾਂਦੀ। ਉਹ ਕਹਿੰਦੀ ਅਮੀਰ ਜੁਆਈ ਨੂੰ ਘਰ ਹੀ ਰੱਖ ਲਵਾਂਗੇ। ਦਿਨਾਂ ਚ ਹੀ ਲਹਿਰ ਬਹਿਰ ਹੋ ਜਾਏਗੀ। ਇਹ ਦਲੇਲ ਜੈ ਸਿੰਘ ਨੂੰ ਕਿੰਨੀ ਕੁ ਜੱਜਦੀ ਸੀ ਇਹਦਾ ਤਾਂ ਪਤਾ ਨਹੀਂ ਪਰ ਉਹਨੂੰ 파ਰਵਤੀ ਅੱਗੇ ਹਾਰਨਾ ਜ਼ਰੂਰ ਪਿਆ। ਸ਼ੀਲਾ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ। ਵਿਚਲੀ ਗੱਲ 파ਰਵਤੀ ਨੇ ਉਦੋਂ ਜਦੋਂ ਸ਼ੀਲਾ ਮਾਈਆਂ ਪੈ ਚੁੱਕੀ ਸੀ। ਇਹਨੂੰ ਸੁਣ ਕੇ ਦੀਵਾਨ ਸਿੰਘ ਦਾ ਰੰਗ ਬੱਗਾ ਪੂਣੀ ਹੋ ਗਿਆ। ਪਰ ਹੁਣ ਫਾਤੀ ਦਾ ਫੜਕਣ ਕੀ ਸੀ। ਛਾਤੀ ਤੇ ਪੱਥਰ ਰੱਖ ਕੇ ਦੀਵਾਨ ਸਿੰਘ ਨੇ ਇਸ ਗੱਲ 'ਤੇ ਢੋਲ ਨੂੰ ਕਿਸੇ ਤਰ੍ਹਾਂ ਵਜਾਇਆ। ਹੋਰ ਤਾਂ ਸਾਰਾ ਕੰਮ ਕਿਸੇ ਨਾ ਕਿਸੇ ਤਰ੍ਹਾਂ ਹੋ ਗਿਆ। ਦਾਜ ਬਣਾਉਣ ਚ ਕੋਈ ਬਹੁਤਾ ਉਚੇਜ ਕਰਨ ਦੀ ਲੋੜ ਨਾ ਪਈ ਕਿਉਂਕਿ ਆਪਣੀ ਹੱਟੀ ਬਜਾਜੀ ਦੀ ਸੀ ਪਰ ਵਿਦਾਇਗੀ ਵਾਲਾ ਕੰਮ ਬੜਾ ਔਖਾ ਜਾਂਦਾ ਸੀ ਰਕਮ ਵੀ ਥੋੜੀ ਨਹੀਂ ਸੀ ਤੇ ਪੂਰੇ 2000 ਇਧਰ ਘਰ ਚ ਵਿਆਹ ਦੀ ਗਹਿਮਾ-ਗਹਿਮ ਸੀ ਤੇ ਉਧਰ ਦੀਵਾਨ ਸਿੰਘ ਵਸੀਕਾ ਨਵੀਸਦੀ ਹੱਟੀ ਬੈਠਾ ਰਹਿਣ ਨਾਮੇ ਤੇ ਦੇ ਕਾਗਜ਼ ਲਿਖਾ ਰਿਹਾ ਵਿਆਹ ਹੋ ਗਿਆ ਹਰ ਪਾਸੇ ਲੋਕੀ ਇਹੋ ਕਹਿੰਦੇ ਸੁਣਾਈ ਦਿੰਦੇ ਬਈ ਬੱਲੇ-ਬੱਲੇ ਵਿਆਹ ਹੋਵੇ ਤਾਂ ਇਹੋ ਜਿਹਾ ਪਾਰਵਤੀ ਜਿੱਧਰੋਂ ਲੰਘੇ ਗਲੇ ਮੱਲੇ ਦੀਆਂ ਗੜੀ ਮੁਹੱਲੇ ਦੀਆਂ ਤੀਵੀਆਂ ਹੱਥਲਾ ਕੰਮ ਛੱਡ ਕੇ ਉਸ ਕੋਲ ਖਲੋਂਦੀਆਂ ਉਹਦੀ ਵਿਢਾਈ ਦੇ ਪੁੱਲ ਬੰਨਣ ਲੱਗ ਪੈਂਦੀਆਂ। ਪਾਰਵਤੀ ਨੂੰ ਇਸ ਚ ਕੋਈ ਅਨੋਖਾ ਹੀ ਸਵਾਦ ਆਉਂਦਾ ਸੀ। ਜਿੱਥੇ ਦੋ ਚਾਰ ਤ੍ਰੀਮਤਾਾਂ ਦੀ ਟਾਣੀ ਹੋਵੇ ਜਾਣ ਬੁਝ ਕੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਚ ਜਾਕਲ ਹੁੰਦੀ ਤੇ ਆਪਣੀਆਂ ਸਿਫਤਾਂ ਸੁਣ ਸੁਣ ਕੇ ਖੀ ਵੀ ਹੁੰਦੀ। ਵਿਆਹ ਤੋਂ ਵੇਲੇਆ ਹੋ ਕੇ ਦੀਵਾਨ ਸਿੰਘ ਨੇ ਹੱਟੀ ਦੀ ਜਾਸੂਰਤ ਲਈ ਦੁਕਾਨਦਾਰ ਦਾ ਚੰਗਾ ਮਾਲ ਵਿਆਹ 'ਚ ਖਰਚ ਹੋ ਚੁੱਕਾ ਸੀ। ਉਹਨੇ ਖਾਨਿਆਂ ਵੱਲ ਤੱਕਿਆ ਉੱਥੇ ਚਾਨਣਾ ਹੀ ਚਾਨਣਾ ਸੀ। ਉਨੇ ਚੌ ਚੌ ਪੰਜਾਂ ਪੰਜਾਂ ਖਾਨਿਆਂ ਦੇ ਥਾਨ ਕੱਢ ਕੇ ਇੱਕ ਇੱਕ ਚ ਕਰ ਛੱਡੇ ਤੇ ਸਖਣੇ ਆਗੇ ਕਪੜੇ ਥਾਣ ਦਿੱਤੇ ਗਾ ਕੁਸਪਸੋ ਹੋਰ ਚੀਜ਼ ਮੰਗਦਾ ਉਹ ਹੋਰ ਵਖਾਂਦਾ ਚਾਬੀ ਦਾ ਲੱਠਾ ਮਲਮਲਾ ਬੋਸਕੀਆਂ ਤੇ ਹੋਰ ਮੋਟੀਆਂ-ਮੋਟੀਆਂ ਚੀਜ਼ਾਂ ਆਉਣ ਵਾਲੇ ਨੇ ਜੇ ਜਾਂ ਪੇਟੀਆਂ ਖੋਲਣ ਵਾਲੀਆਂ ਨੇ ਕਹਿ ਕੇ ਗਾ ਘਾਨ ਨੂੰ ਟਾਲ ਦਿੰਦਾ ਇਹ ਠੱਗੀ ਬੱਗੀ ਕਿਦਾਂ ਚਿਰ ਚੱਲਦੀ ਉਹਨੂੰ ਤਬਲੇ ਮੁੱਦੇ ਹੁੰਦੇ ਜਾਪੇ ਸਾਰਾ ਦਿਨ ਬੈਠਣ ਤੇ ਵੀ ਕੋਈ ਵਿਕਰੀ ਨਹੀਂ ਸੀ ਹੁੰਦੀ ਗਾਕ ਆਉਂਦੇ ਸੀ ਪਰ ਖਾਲੀ ਮੁੜ ਜਾਂਦੇ ਸੀ ਇੱਕ ਦਿਨ ਰਾਤੀ ਸੁੱਤਿਆਂ-ਸੁੱਤਿਆਂ ਜ਼ਬਾਨੀ ਜਮਾ ਖਰਚ ਕਰਨ ਲੱਗਾ ਉਹਨੇ ਅਨੁਮਾਨ ਲਾਇਆ ਪਤਾ ਲੱਗਾ ਸਾਰਾ ਲਾਭ ਪਾ ਕੇ ਉਹ ਇਸ ਵੇਲੇ 5 ਕੁ ਹਜ਼ਾਰ ਦਾ ਕਰਜ਼ਾਈ ਹੈ ਹੱਟੀ ਚ ਮਾਲ ਤਾਂ ਮਸੇ 5-600 ਦਾ ਹੀ ਉਹਨੂੰ ਦੱਸਿਆ ਉਹਦਾ ਮੱਥਾ ਠਣ ਗਿਆ ਪਹਿਲੀ ਤਰੀਕ ਨੂੰ 500 ਦੀ ਹੁੰਡੀ ਭੁਗਤਣੀ ਹੈ ਮਕਾਨ ਦਾ 6 ਮਹੀਨਿਆਂ ਦਾ ਵਿਆਜ ਹੱਟੀ ਦਾ ਬਰੇ ਤੱਕ ਕਿਰਾਇਆ ਬੈਂਕ ਵਾਲਿਆਂ ਦਾ ਨੋਟ ਤੇ ਹੋਰ ਕੋਈ ਅੱਜ ਭਲਕ ਦੇ ਇਕਰਾਰ ਵਾਲੀਆਂ ਰਕਮਾਂ ਇਹਨਾਂ ਸਾਰੀਆਂ ਗੱਲਾਂ ਨੂੰ ਉਹ ਜਿਉਂ-ਜਿਉਂ ਦੁਹਰਾਉਂਦਾ ਉਹਦਾ ਕਬਰੀ ਮਾ ਵੱਧਾ ਜਾਂਦਾ ਦੀਵਾਨ ਸਿੰਘ ਦਾ ਕੰਮ ਹਿੱਲ ਗਿਆ ਸਾਰੇ ਸ਼ਹਿਰ 'ਚ ਇਹਦੀ ਚਰਚਾ ਛਿੜ ਗਈ ਧਾੜਾਂ ਦੀਆਂ ਧਾੜਾਂ ਲੈਣੇਦਾਰ ਉਹਦੀ ਹੱਟੀ ਅੱਗੇ ਧਰਨਾ ਮਾਰ ਕੇ ਆ ਬੈਠੇ ਪਰ ਉਹਦੇ ਅੰਦਰ ਤਾਂ ਫੁੱਟੀ ਕੌਡੀ ਵੀ ਨਹੀਂ ਸੀ ਨੌਬਤ ਦਿਵਾਲੇ ਤੱਕ ਆ ਪਹੁੰਚੀ ਪਰ ਲੈਣੇਦਾਰਾਂ ਨੇ ਇਸ 'ਚ ਸੰਤੋਖ ਕੀਤਾ ਉਹਨਾਂ ਨੇ ਅਦਾਲਤ ਨੂੰ ਦੀਵਾਨ ਸਿੰਘ ਦੀ ਬਦਨੀਤੀ ਦਾ ਸਬੂਤ ਦਵਾਇਆ ਅੰਤ ਖਰਚਾ ਰੱਖ ਕੇ ਉਹਨੂੰ ਅੰਦਰ ਕਰਾਤਾ ਹੈ। পার্বਤੀ ਢਿੱਡ ਚ ਮੁਕੀਆਂ ਮਾਰਦੀ ਫਿਰਦੀ ਸੀ। ਉਹਨੇ ਸ਼ੀਲਾ ਦੇ ਸੌਰੀਆਂ ਤੋਂ ਕੁਝ ਰੁਪਏ ਮੰਗ ਭੇਜੇ ਜਿਨ੍ਹਾਂ ਦਾ ਉੱਤਰ ਆਇਆ ਰੁਪਈਏ ਤੇ ਇਸ ਵੇਲੇ ਤਿਆਰ ਨਹੀਂ ਕਣਕ ਬਿਥੇਰੀ ਪਈ ਐ। ਜੇ ਬਹੁਤੀ ਲੋੜ ਐ ਤੇ ਲਿਖੋ ਜੋ ਵੇਚ ਕੇ ਰੁਪਈਏ ਭੇਜੇ ਜਾਣ। ਇਧਰ ਉੱਤਰ ਆ ਗਿਆ ਜਿਸ ਤਰ੍ਹਾਂ ਵੀ ਹੋ ਸਕੇ ਮਦਦ ਕਰੋ। ਉਹਨਾਂ ਤਾਂ ਗਣੋਂ ਲਾਉਣ ਲਈ ਟੱਲ ਮਾਰਿਆ ਸੀ ਪਰ ਇਹ ਵੇਖ ਕੇ ਕਿ ਇੱਥੇ ਤਾਂ ਡੂਮਾ ਨੂੰ ਸੁਲਾ ਮਾਰਨ ਵਾਲੀ ਗੱਲ ਐ। ਉਹ ਕੰਨਾ ਕੇਸਲ ਮਾਰ ਗਏ ਜਿੱਥੇ-ਜਿੱਥੇ ਸਾਂਝ ਵਰਤੋ ਸੀ পার্বਤੀ ਸਾਰਿਆਂ ਕੋਲ ਫਿਰੀ ਹਾੜੇ ਕੱਡੇ ਨੱਕ ਰਗੜੇ ਪਰ ਇਹਨਾਂ ਤੇ ਲੰਚ ਤੇਲ ਕਿੱਥੇ ਸੀ ਕਈਆਂ ਪਾਸੋਂ ਤਾਂ ਮੂੰਹ ਪਾੜਵਾ ਉੱਤਰ ਮਿਲਦਾ ਬੀਬੀ ਰਾਣੀ ਚਾਦਰ ਵੇਖ ਕੇ ਪੈਰ ਪਸਾਰਨੇ ਸੀ ਔਖੇ ਵੇਲੇ ਕੌਣ ਕਿਸੇ ਦਾ ਬਣਦਾ ਹੁਣ ਜਿਹੜੀ ਰੱਬ ਵੱਲੋਂ ਆਈ ਹੋ ਸਿਰ ਮੱਥੇ ਤੇ ਸਹਾਰ ਇਸ ਤਰ੍ਹਾਂ ਘਰ-ਘਰ ਫਿਰਿਆਂ ਤੇ ਰੁਆਆਂ ਧੋਆਂ ਕੀ ਬਣਦਾ ਇਹ ਗੱਲਾਂ ਪਾਰਵਤੀ ਉਹਨਾਂ ਲੋਕਾਂ ਦੇ ਮੂੰਹੋਂ ਹੀ ਸੁਣ ਰਹੀ ਸੀ ਜਿਹੜੇ ਅਜੇ ਕੱਲ੍ਹ ਹੀ ਸ਼ੀਲੋ ਦੇ ਵਿਆਹ ਵੇਲੇ ਦੂਰੀਆਂ ਤੇ ਚੌਰੀਆਂ ਭਾਜੀਆਂ ਲੈਂਦੇ ਹੁਆ ਉਹਦੀਆਂ ਵਾਰਾਂ ਗਾਉਂਦੇ ਨਹੀਂ ਸੀ ਥੱਕਦੇ। ਸੰਧਿਆ ਦਾ ਹਨੇਰਾ ਵਧ ਰਿਹਾ ਸੀ ਪਾਰਵਤੀ ਸਭਨਾ ਪਾਸਿਆਂ ਤੋਂ ਨਿਰਾਸ਼ ਹੋ ਕੇ ਘਰ ਆ ਠੱਟੀ। ਸ਼ੀਲਾ ਵੀ ਰੋ ਰਹੀ ਸੀ ਅੱਜ ਦੀਵਾ ਬਾਲਣ ਦਾ ਕਿਸੇ ਨੂੰ ਚੇਤਾ ਨਹੀਂ ਸੀ। ਅੱਗੇ ਤਾਂ ਡੋ ਗੁਆਂਢੋਂ ਹੀ ਦੋ ਚਾਰ ਤੀਵੀਂ ਆ ਕੇ ਜ਼ਬਾਨੀ ਹਮਦਰਦੀ ਕਰ ਜਾਂਦੀਆਂ ਪਰ ਹੁਣ ਇਸ ਰਾਹੋਂ ਜੇ ਕਿਸੇ ਲੰਗਣਾ ਵੀ ਹੁੰਦਾ ਤਾਂ ਵਲਾ ਮਾਰ ਕੇ ਦੂਜੇ ਰਾਹ ਲੰਘ ਜਾਂਦੀਆਂ ਹਰ ਕਿਸੇ ਨੂੰ ਡਰ ਸੀ ਕਿ ਕੁਝ ਮੰਗ ਨਾ ਬਏ ਅਚਾਨਕ ਹੀ ਹਨੇਰੇ ਕੋਪ ਚ ਭਾਬੀ ਜੀ ਪੈਰੀਂ ਪਾਏ ਦੀ ਆਵਾਜ਼ ਗੂੰਜ ਉਠੀ ਸ਼ਿਲਾ ਛੇਤੀ ਨਾਲ ਉੱਠ ਕੇ ਅੰਦਰ ਚਲੀ ਗਈ ਜਾ ਕੇ ਉਹਨੇ ਲੈਂਪ ਜਗਾਈ ਜਿਉਾਈ ਦੀ ਪਿੱਟ ਤੇ ਪਿਆਰ ਦਿੰਦੀ ਹੋਈ পার্বਤੀ ਬੋਲੀ ਜੀ ਹੰਦਰਾ ਉਹ ਵੱਡੀਆਂ ਉਮਰਾਂ ਉਹਦੇ ਠੰਡੇ ਦਿਲ ਨੂੰ ਢਾਰਸ ਜੀ ਮਿਲ ਗਈ ਅਜੇ ਔਖੇ ਵੇਲੇ ਜਦ ਹਰ ਕੋਈ ਉਹਦੇ ਪਰਛਾਵੇਂ ਤੋਂ ਡਰਦਾ ਸੀ ਜਵਾਈ ਦਾ ਆ ਜਾਣਾ ਵਰਪਤੀ ਲਈ ਉਸੇ ਤਰ੍ਹਾਂ ਸੀ ਜੇਕਰ ਕੋਈ ਡੁੱਬਰੇ ਆਦਮੀ ਦਾ ਹੱਥ ਫੜ ਲਵੇ ਉਹਦੀ ਚਿੰਤਾ ਦੂਰ ਹੋ ਗਈ ਸੁਖ શાંત ਪੁੱਛਣ ਤੋਂ ਪਿੱਛੇ ਬੋਲੀ ਮੈਂ ਤੇ ਕਈਆਂ ਦਿਨਾਂ ਤੋਂ ਰਾਹ ਪੀ ਵੇਖਦੀ ਸਾਂ ਇਹੋ ਖਿਆਲ ਜੀ ਹੁਣ ਵੀ ਆਇਆ ਹੁਣ ਵੀ ਆਇਆ ਖੱਤ ਦਾ ਜਵਾਬ ਹੀ ਕੋਈ ਨਾ ਦਿੱਤਾ ਤੇ ਮੈਂ ਆਖਾ ਸੁਖ શાંત ਹੋਵੇ ਸਹੀ ਸ਼ਾਮ ਸਿੰਘ ਬੋਲੇ ਮੈਂ ਤੇ ਕਿੰਨੇ ਅਰਸੇ ਤੋਂ ਆਉਣ-ਆਣ ਕਰਦਾ ਸੀ ਪਰ ਕੰਮ ਧੰਦੇ ਦੀ ਵਜ੍ਹਾ ਕਰਕੇ ਵਕਤ ਨਹੀਂ ਮਿਲ ਸਕਿਆ ਕੀ ਗੱਲ ਸੀ ਭਾਈ ਹੋਰਾ ਗੱਲ ਕੀ ਹੋਣੀ ਸੀ ਕਾਕਾ ਜੀ ਕਰਮਾਂ ਨੇ ਜੋ ਹਾਰ ਦੇ ਦਿੱਤੀ ਅੱਜ ਚੌਥਾ ਦਿਨ ਇਹਨਾਂ ਚੁੱਲ੍ਹੇ ਅੱਗ ਨਾ ਘੜੇ ਪਾਣੀ ਦਿਨ ਰਾਤ ਰੋਂਦਿਆਂ ਘੁਰਲਾਉਂਦਿਆਂ ਬੀਤ ਜਾਂਦੀ ਏ ਕੁੜੀ ਵਿਚਾਰੀ ਨੇ ਜਿਸ ਵੇਲੇ ਦਾ ਸੋਣਿਆ ਰੋ ਰੋ ਕੇ ਦੀਦ ਦੇ ਗਾੜ ਲੇ ਕਿ ਦੱਸਾਂ ਆਪਣੇ ਕਰਮ ਜੂ ਮਾੜੇ ਹੋਏ ਪਰ ਗੱਲ ਕੀ ਸੀ ਗੱਲ ਹੁਣ ਸੁਣੇਂਗਾ ਹੀ ਨਾ ਆਇਆ ਜੂਏ ਹੁਣ ਤੇ ਕਾਕਾ ਤੁਹਾਡਾ ਤੇ ਰੱਬ ਦਾ ਹੀ ਆਸਰਾ ਏ ਇਸੇ ਵੇਲੇ ਲਈ ਧੀਾਂ ਦੇ ਕਪੁੱਤਰ ਸਿਹੇੜੀ ਦੇ ਨੇ ਸ਼ਾਬਾਸ਼ੇ ਫਿਰ ਵੀ ਤੁਹਾਨੂੰ ਸੁਣਦਿਆਂ ਸਾਰ ਨਸਿਆ ਆਇਆ ਮੈਂ ਇਸੇ ਕਰਕੇ ਆਉਂਦੇ ਨੇ ਭਈ ਆਪਣਾ ਕੋਈ ਹੋਵੇ ਹੂੰ ਸਾਨੂੰ ਤੇ ਕਾਕਾ ਉਧਾਰਾਂ ਨੇ ਡੋਪ ਦਿੱਤਾ ਹਜ਼ਾਰਾਂ ਰੁਪਏ ਲੋਕਾਂ ਤੋਂ ਲੈਣੇ ਸੀ ਕੋਈ ਦੇਣ ਦਾ ਨਾਂ ਨਹੀਂ ਲੈਂਦਾ ਤੇ ਜਿਨ੍ਹਾਂ ਦੇ ਦੇਣੇ ਨੇ ਉਹ ਤਲਵਾਰਾਂ ਕੱਸੀ ਫਿਰਦੇ ਨੇ ਮਿਆਨੀਆਂ ਤੇਰਾ ਭਾਈਆ ਕਿਸੇ ਤਰ੍ਹਾਂ ਇੱਕ ਵਾਰੀ ਬਾਹਰ ਆ ਜਾਂਦਾ ਠੀਕ ਹੈ ਪਰ ਰੁਪਏ ਦਿੱਤੇ ਬਗੈਰ ਤਾਂ ਬਾਹਰ ਆਉਣਾ ਮੁਸ਼ਕਿਲ ਹੈ ਫਿਰ ਦੱਸ ਕੀ ਬਣੇ ਕੋਈ ਫਿਕਰ ਨਹੀਂ ਕਿੰਨੇ ਕਨਾਲ ਕੰਮ ਹੋ ਜਾਏਗਾ ਪਾਰਵਤੀ ਦੀ ਛਾਤੀ ਦਾ ਬੋਝ ਹੌਲਾ ਹੋ ਗਿਆ ਨਹੀਂ ਸੁਖਾਲਾ ਸਾਹ ਲਿਆ ਫਿਰ ਬੁਲੀ 3000 ਨਾਲ ਕਮ ਸਰ ਜਾਏਗਾ ਫਿਰ ਕੋਈ ਡਰ ਨਹੀਂ ਕੁਝ ਰੁਪਏ ਮੈਂ ਲਿਆ ਆਵਾ ਬਾਕੀ ਇਹਦੇ ਗਹਿਣੇ ਵੇਚ ਕੇ ਪੂਰੇ ਕਰ ਲਾਂਗੇ ਤੁਹਾਡਾ ਗਹਿਣਾ ਹਾਂ ਕੋਈ ਡਰ ਨਹੀਂ ਇਸ ਗੱਲ ਦਾ ਫਿਕਰ ਨਾ ਕਰੋ ਫਿਰ ਬਣ ਜਾਏਗਾ ਖੁਸ਼ੀ ਸ਼ਰਮ ਤੇ ਜੁਵਾਈ ਦੇ ਅਹਸਾਨ ਦੇ ਬੋਝ ਨਾਲ ਪਾਰਵਤੀ ਦਾ ਸਿਰ ਨਿਉਂ ਗਿਆ ਦੂਜੇ ਦਿਨ ਸਾਰਾ ਗਹਿਣਾ ਲੈ ਕੇ ਸ਼ਾਮ ਸਿੰਘ ਬਾਜ਼ਾਰ ਚਲਾ ਗਿਆ ਰੋਟੀ ਵੇਲੇ ਤੱਕ ਨਾ ਮੁੜਿਆ ਪਾਰਵਤੀ ਨੇ ਖਿਆਲ ਕੀਤਾ ਸ਼ਾਇਦ ਉਧਰੋਂ ਕਚਹਿਰੀ ਚਲਾ ਗਿਆ ਹੋਵੇਗਾ ਉਹਦਾ ਬਾਲ ਬਾਲ ਜੁਵਾਈ ਨੂੰ ਸੀਸਾ ਦੇ ਰਿਆ ਸੀ ਰਾਤ ਪੈ ਗਈ ਪਾਰਵਤੀ ਇਸੇ ਉਡੀਕ 'ਚ ਸੀ ਹੁਣੇ ਸੋਹਰਾ ਜੁਵਾਈ ਆਏ ਕਿ ਆਏ ਪਰ ਦੋਵਾਂ 'ਚ ਕੋਈ ਵੀ ਨਾ ਆਇਆ ਪਾਰਵਤੀ ਦੇ ਦਿਲ ਨੂੰ ਹੌਲ ਪੈਣ ਲੱਗਾ ਅੰਤੋਂ ਦਾ ਦਿਲ ਬੋਲ ਉੱਠਿਆ ਸ਼ਾਮ ਸਿੰਘ ਉਹਦੀ ਸਹਾਇਤਾ ਕਰਨ ਨਹੀਂ ਗਹਿਣਾ ਲੈਣ ਆਇਆ ਸੀ ਸਾਰੇ ਸ਼ਹਿਰ 'ਚ ਰੌਲਾ ਮਚ ਗਿਆ ਲੋਕੀ ਵਾਹ ਉਹਦਾ ਹੀ ਸ਼ਹਿਰੋਂ ਬਾਹਰ ਨਸੇ ਜਾ ਰਹੇ ਸੀ ਰੇਲ ਦੀ ਪਟੜੀ ਉੱਤੇ ਇੱਕ ਲੋਥ ਦੇ ਦਿਵਾਲੇ 'ਚ ਛੋਕੀ ਭੀੜ ਕੱਟੀ ਹੋਈ ਸੀ ਇੱਕ ਬੁੱਢੀ ਤੇ ਮੁਟਿਆਰ ਲੋਥ ਉੱਥੇ ਡਿੱਕੇ ਪਿੱਟਦੀ ਹੋਈਆਂ ਸਿਰ ਦੇ ਵਾਲ ਖੋਰੀਆਂ ਸਨ ਪੁਲਸੀਆਂ ਤੋਂ ਛੁੱਟ ਕਿਸੇ ਵੀ ਵੇਖਣ ਵਾਲੇ ਦੀ ਅੱਖਾਂ ਸੁੱਕੀਆਂ ਨਹੀਂ ਸੀ ਪੁਲਿਸ ਲੋਥ ਦੀ ਪੜਤਾਲ ਕਰ ਰਹੀ ਸੀ ਲੋਥ ਦੇ ਲੋਥ ਦੇ ਖੀਸੇ ਚੋਂ ਇੱਕ ਕਾਗਜ਼ ਦਾ ਪੁਰਜਾ ਨਿਕਲਿਆ ਜਿਹਦਾ ਮਸਬੂਨ ਸੀ ਬਦਨਸੀਬ ਪਾਰਵਤੀ ਤੇਰੇ ਸੁੱਚੇ ਨੱਕ ਨੂੰ ਬਚਾਉਂਦਾ ਬਚਾਉਂਦਾ ਮੈਂ ਸਭ ਕੁਝ ਗਵਾ ਬੈਠਾ ਸਰੀਰ ਬਾਕੀ ਸੀ ਪਰ ਇਹ ਵੀ ਨਹੀਂ ਰੱਖ ਸਕਿਆ ਮੌਤ ਤੋਂ ਬਿਨਾ ਇਹਨੂੰ ਚੱਲਣ ਲਈ ਹੁਣ ਕੋਈ ਥਾਂ ਨਹੀਂ ਦੀਵਾਨ ਸਿੰਘ ਧੰਨਵਾਦ